ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਗੁਲਾਬੀ ਕੁਈਨ ਆਫ ਪੰਜਾਬੀ ਇੰਡਸਟਰੀ ਯਾਨੀ ਕਿ ਜੈਸਮਿਨ ਸੈਂਡਲਸ ਦੇ ਬਾਰੇ, ਜੋ ਇੰਡੀਆ ਦੇ ਵਿੱਚ ਨਹੀਂ ਰਹਿੰਦੇ ਪਰ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ, ਪਰ ਫਿਰ ਵੀ ਉਹ ਜੁੜੇ ਨੇ ਆਪਣੇ ਰੂਟਸ ਦੇ ਨਾਲ। ਜੈਸਮਿਨ ਸੈਂਡਲਸ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਅਤੇ ਉੱਥੇ ਹੀ ਉਹਨਾਂ ਦਾ ਮੰਨਣਾ ਹੈ ਕਿ ਅੱਜ ਦੇ ਡਿਜੀਟਲ ਮੀਡੀਆ ਦੇ ਦੌਰ ਵਿੱਚ ਇੱਕ ਰਿਐਲਿਟੀ ਚੈੱਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਦੇ ਇਸ ਦੌੜ ਦੇ ਵਿੱਚ ਲੋਕ ਜਿੱਥੇ ਬਿਜ਼ੀ ਨੇ, ਸੋਸ਼ਲ ਮੀਡੀਆ ਦੇ ਇਨਵੋਲਵ ਰਹਿੰਦੇ ਨੇ, ਉੱਥੇ ਉਹ ਭੁੱਲ ਜਾਂਦੇ ਨੇ ਕਿ ਰਿਐਲਿਟੀ ਦੇ ਵਿੱਚ ਅਸੀਂ ਕਿਹੋ ਜਿਹੇ ਹਾਂ। ਅਸੀਂ ਹਰ ਚੀਜ਼ ਕਰਦੇ ਹਾਂ ਸੋਸ਼ਲ ਮੀਡੀਆ ਦੇ ਲਈ ਅਤੇ ਸੋਸ਼ਲ ਮੀਡੀਆ 'ਤੇ ਪੋਰਟਰੇ ਕਰਨ ਦੇ ਲਈ, ਚਾਹੇ ਹੋਵੇ ਉਹ ਸਨੈਪਚੈਟ ਦੇ ਫਿਲਟਰਸ, ਜਾਂ ਹੋਵੇ ਇੰਸਟਾਗ੍ਰਾਮ ਦੇ ਕਲਰਫੁੱਲ ਜਿਹੇ ਮਿਊਜ਼ੀਕਲ ਬੈਕਗਰਾਊਂਡ, ਜਾਂ ਹੋਵੇ ਡੌਗ, ਕੈਟ ਅਤੇ ਮੇਕਅਪ ਲੁੱਕਸ ਵਾਲੇ ਫਿਲਟਰਸ। ਇਹ ਸਾਰੀ ਚੀਜ਼ਾਂ ਸੋਸ਼ਲ ਮੀਡੀਆ 'ਤੇ ਇੱਕਦਮ ਵਾਇਰਲ ਹੁੰਦੀਆਂ ਅਤੇ ਉੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਅਟਰੈਕਟ ਵੀ ਕਰਦੀਆਂ ਨੇ, ਪਰ ਉੱਥੇ ਜੈਸਮਿਨ ਸੈਂਡਲਸ ਦਾ ਮੰਨਣਾ ਹੈ ਕਿ ਰੀਅਲ ਬਿਊਟੀ ਸਾਡੀ ਵਿਦਾਊਟ ਮੇਕਅਪ ਅਤੇ ਵਿਦਾਊਟ ਫਿਲਟਰਸ ਹੈ। ਅਤੇ ਉਹ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਬੱਚੇ ਹੋਣਗੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੋ ਇਹ ਆਰਟਿਸਟ ਸੋਸ਼ਲ ਮੀਡੀਆ 'ਤੇ ਪਾਉਂਦੇ ਨੇ ਵਿਦ ਫਿਲਟਰਸ, ਫਲੋਲੈਸ ਲੁੱਕਸ ਔਰ ਬੈਟਰ ਲਾਈਟਿੰਗ ਦੇ ਵਿੱਚ, ਉਹ ਰਿਐਲਿਟੀ ਨਹੀਂ ਹੈ। ਇੱਕ ਰਿਐਲਿਟੀ ਚੈੱਕ ਹੋਣਾ ਵੀ ਬਹੁਤ ਜ਼ਰੂਰੀ ਹੈ। ਅਤੇ ਤੁਸੀਂ ਵੀ ਚੈੱਕ ਕਰੋ ਜੈਸਮਿਨ ਸੈਂਡਲਸ ਦੀ ਇਸ ਇੰਸਟਾਗ੍ਰਾਮ ਸਟੋਰੀ ਨੂੰ, ਜਿੱਥੇ ਉਹਨਾਂ ਨੇ ਆਪਣੀ ਨੋ ਫਿਲਟਰ ਲੁੱਕ ਨੂੰ ਫਲੋਂਟ ਕੀਤਾ ਅਤੇ ਉੱਥੇ ਲੋਕਾਂ ਨੂੰ ਕਿਹਾ ਕਿ ਮੈਂ ਨੋ ਫਿਲਟਰ ਵੀ ਬਹੁਤ ਜ਼ਿਆਦਾ ਖੂਬਸੂਰਤ ਹਾਂ, ਐਂਡ ਵੀ ਆਰ ਪ੍ਰੀਟੀ ਸ਼ੋਰ ਕਿ ਇਨ ਐਂਡ ਆਊਟ ਜੈਸਮਿਨ ਸੈਂਡਲਸ ਬਹੁਤ ਹੀ ਸੋਹਣੇ ਨੇ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਸੋਚ ਵੀ ਬਹੁਤ ਜ਼ਿਆਦਾ ਸੋਹਣੀ ਹੈ। ਚੈੱਕ ਕਰੋ ਜੈਸਮਿਨ ਸੈਂਡਲਸ ਦੀ ਸਟੋਰੀ ਨੂੰ। ਆਈ ਥਿੰਕ ਕਦੇ ਸਾਨੂੰ ਨੋ ਫਿਲਟਰ ਫੋਟੋ ਅਪਲੋਡ ਕਰਨੀ ਚਾਹੀਦੀ ਆ, ਕਦੇ ਕਦੇ ਫਿਲਟਰਾਂ ਨਾਲ, ਲਾਈਕ ਕੁੱਤੇ ਬਿੱਲੇ ਬਣ ਕੇ, ਕਦੇ ਕਦੇ ਵੱਖਰੀਆਂ ਵੱਖਰੀਆਂ ਆਵਾਜ਼ਾਂ ਕੱਢ ਕੇ, ਕਦੇ ਕਦੇ ਸਕਿਨ ਪਰਫੈਕਟ ਕਰਕੇ, ਪਰ ਕਦੇ ਕਦੇ ਰੀਅਲ। ਬਿਕੋਜ਼ ਦੇਰ ਆਰ ਅ ਲੋਟ ਆਫ ਪੀਪਲ ਵਾਚਿੰਗ ਅਸ, ਸਪੈਸ਼ਲੀ ਲਿਟਲ ਕਿਡਸ। ਅਤੇ ਇੱਦਾਂ ਨਾ ਹੋਵੇ ਆ ਨਿੱਕੇ ਨਿੱਕੇ ਬੱਚੇ ਵੱਡੇ ਹੋ ਕੇ ਕਹਿਣ ਯਾਰ ਸੋਸ਼ਲ ਮੀਡੀਆ 'ਤੇ ਸਾਰਿਆਂ ਦੀ ਸਕਿਨ ਪਰਫੈਕਟ ਹੈ, ਸਾਰੇ ਬੜੇ ਫਿੱਟ ਨੇ, ਸਾਰੇ ਬੜੇ ਖੁਸ਼ ਨੇ, ਫਿਰ ਉਹਨਾਂ ਵਾਸਤੇ ਥੋੜ੍ਹੀ ਜਿਹੀ ਰਿਐਲਿਟੀ ਸ਼ੋਅ ਕਰੋ। ਸੋ ਇਹ ਤਾਂ ਸੀ ਇੰਸਟਾਗ੍ਰਾਮ ਸਟੋਰੀ ਜੈਸਮਿਨ ਸੈਂਡਲਸ ਦੀ, ਪਰ ਉਸਦੇ ਨਾਲ ਹੀ ਮੈਂ ਤੁਹਾਨੂੰ ਇੱਕ ਨਵੀਂ ਅਪਡੇਟ ਦੇਣਾ ਚਾਹੁੰਦੀ ਹਾਂ ਜੈਸਮਿਨ ਸੈਂਡਲਸ ਦੇ ਨਾਲ ਰਿਲੇਟਡ। ਜੈਸਮਿਨ ਸੈਂਡਲਸ ਬਹੁਤ ਹੀ ਖੂਬਸੂਰਤ ਇਨਸਾਨ ਨੇ ਆਪਣੇ ਦਿਲ ਤੋਂ ਵੀ ਅਤੇ ਆਪਣੀ ਆਵਾਜ਼ ਤੋਂ ਵੀ, ਅਤੇ ਜੈਸਮਿਨ ਸੈਂਡਲਸ ਦੀ ਖੂਬਸੂਰਤ ਆਵਾਜ਼ ਦੇ ਬਹੁਤ ਸਾਰੇ ਲੋਕ ਫੈਨਸ ਵੀ ਨੇ। ਜੈਸਮਿਨ ਸੈਂਡਲਸ ਜਦੋਂ ਵੀ ਲਾਈਵ ਕੌਨਸਰਟ ਕਰਦੇ ਨੇ ਤਾਂ ਉਹ ਇੱਕ ਗਾਣਾ ਜ਼ਰੂਰ ਗਾਉਂਦੇ ਨੇ, ਅਤੇ ਉਹ ਗਾਣਾ ਹੈ ਬੂਹੇ ਬਾਰੀਆਂ। ਇਹ ਗਾਣਾ ਜੈਸਮਿਨ ਸੈਂਡਲਸ ਦੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ, ਅਤੇ ਇੱਦਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਗਾਣਾ ਉਹਨਾਂ ਦੇ ਲਈ ਇੱਕ ਪ੍ਰੇਅਰ ਹੈ, ਅਤੇ ਇਸ ਲਈ ਉਹ ਇਸ ਗਾਣੇ ਨੂੰ ਹਰ ਵਾਰ ਗਾਉਂਦੇ ਨੇ ਆਪਣੇ ਕਿਸੇ ਵੀ ਕੌਨਸਰਟ 'ਤੇ। ਬੂਹੇ ਬਾਗਾਰੀਆਂ 'ਤੇ ਨਾਲੇ ਕੰਧਾਂ ਟੱਪ ਕੇ, ਬੂਹੇ ਬਾਰੀਆਂ 'ਤੇ ਨਾਲੇ ਕੰਧਾਂ ਟੱਪ ਕੇ, ਬੂਹੇ ਬਾਗਾਰੀਆਂ 'ਤੇ ਨਾਲੇ ਕੰਧਾਂ ਟੱਪ ਕੇ, ਮੈਂ ਆਵਾਂਗੀ ਹਵਾ ਬਣ ਕੇ, ਹੇ ਹੇ ਬੂਹੇ ਬਾਰੀਆਂ ਹੈ। ਅਤੇ ਹੁਣ ਜੈਸਮਿਨ ਸੈਂਡਲਸ ਇਸ ਗਾਣੇ ਨੂੰ ਰੀਕ੍ਰੀਏਟ ਕਰਕੇ ਤੁਹਾਡੇ ਪੇਸ਼ ਕਰਨਗੇ, ਅਤੇ ਇਸਦੇ ਬਾਰੇ ਉਹਨਾਂ ਨੇ ਦੱਸਿਆ ਆਪਣੇ ਇੰਸਟਾਗ੍ਰਾਮ ਪੋਸਟ 'ਤੇ, ਜਿੱਥੇ ਨਜ਼ਰ ਆਏ ਹੋਏ ਗਾਣਾ ਗਾਉਂਦੇ ਹੋਏ, ਅਤੇ ਆਪਣੀ ਪੋਸਟ ਨੂੰ ਉਹਨਾਂ ਨੇ ਸ਼ੇਅਰ ਕਰਦੇ ਹੋਏ ਲਿਖਿਆ, ਮੈਂ ਆਵਾਂਗੀ ਹਵਾ ਬਣ ਕੇ। ਫੋਰ ਦਾ ਲਾਸਟ 2 ਈਅਰਸ ਆਫ ਮਾਈ ਕਰੀਅਰ ਆਈ ਬਿਗੈਨ ਆਲ ਮਾਈ ਸ਼ੋਜ਼ ਵਿਦ ਦਿਸ ਸੌਂਗ, ਇਟ ਵਾਜ਼ ਲਾਈਕ ਅ ਪ੍ਰੇਅਰ ਟੂ ਮੀ, ਆਈ ਐਮ ਐਂਡਿੰਗ ਦ ਚੈਪਟਰ ਐਂਡ ਬਿਗਿਨਿੰਗ ਅ ਨਿਊ ਵਨ ਬਾਈ ਡਰੋਪਿੰਗ ਬੂਹੇ ਬਾਰੀਆਂ। ਜੈਸਮਿਨ ਸੈਂਡਲਸ ਦੀ ਆਵਾਜ਼ ਦੇ ਵਿੱਚ ਇਹ ਗਾਣਾ ਸੱਚੀ ਬਹੁਤ ਖੂਬਸੂਰਤ ਲੱਗ ਰਿਹਾ, ਅਤੇ ਅਸੀਂ ਹੁਣ ਉਮੀਦ ਕਰਦੇ ਕਿ ਜਲਦੀ ਉਹ ਇਸ ਗਾਣੇ ਨੂੰ ਓਫਿਸ਼ਲੀ ਰਿਲੀਜ਼ ਕਰਨਗੇ। ਅਤੇ ਇਸ ਦੇ ਨਾਲ ਹੀ ਮੈਂ ਸੋਚ ਰਹੀ ਹਾਂ ਕਿ ਇਸ ਪੋਸਟ ਦੇ ਵਿੱਚ ਉਹਨਾਂ ਨੇ ਅਜਿਹਾ ਕਿਉਂ ਲਿਖਿਆ, ਐਂਡਿੰਗ ਅ ਚੈਪਟਰ ਐਂਡ ਬਿਗਿਨਿੰਗ ਅ ਨਿਊ ਵਨ। ਹੋ ਸਕਦਾ ਕਿ ਉਹ ਕੁਝ ਨਵਾਂ, ਕੋਈ ਨਵੀਂ ਐਲਬਮ ਜਾਂ ਕੋਈ ਨਵੇਂ ਗਾਣੇ ਵੀ ਲੈ ਕੇ ਆਉਣ ਸਾਡੇ ਲਈ। ਜੀ, ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਡ ਹੋ ਚੁੱਕੀ ਹਾਂ ਕਿ ਜੈਸਮਿਨ ਸੈਂਡਲਸ ਹੁਣ ਕੀ ਲੈ ਕੇ ਆਉਣਗੇ ਸਾਡੇ ਸਾਰਿਆਂ ਦੇ ਲਈ, ਅਤੇ ਮੈਂ ਉਹਨਾਂ ਦੀ ਆਵਾਜ਼ ਨੂੰ ਬਹੁਤ ਜ਼ਿਆਦਾ ਇੰਜੋਏ ਕਰਦੀ ਹਾਂ, ਜਿਵੇਂ ਕਿ ਮੈਂ ਉਹਨਾਂ ਦੇ ਲਾਸਟ ਸੌਂਗ ਚੁੰਨੀ ਬਲੈਕ ਦੇ ਵਿੱਚ ਉਹਨਾਂ ਦੀ ਆਵਾਜ਼ ਨੂੰ ਇੰਜੋਏ ਕੀਤਾ ਸੀ। ਆਈ ਐਮ ਸ਼ੋਰ ਤੁਸੀਂ ਵੀ ਹੁਣ ਐਕਸਾਈਟਡ ਹੋ, ਅਤੇ ਹੁਣ ਤੁਸੀਂ ਮੈਨੂੰ ਦੱਸਣਾ ਕਿ ਜੈਸਮਿਨ ਸੈਂਡਲਸ ਦੀ ਜੋ ਸੋਚ ਹੈ ਕਿ ਹਰ ਕਿਸੇ ਨੂੰ ਇੱਕ ਰਿਐਲਿਟੀ ਚੈੱਕ ਲੈਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਇੱਕ ਵਾਰ, ਉਸਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕੀ ਸਾਨੂੰ ਸੋਸ਼ਲ ਮੀਡੀਆ ਤੋਂ ਹਟ ਕੇ ਆਪਣੀ ਰੀਅਲ ਲਾਈਫ, ਆਪਣੀ ਰੀਅਲ ਸਿਚੁਏਸ਼ਨਸ ਨੂੰ ਵੀ ਜਾਣਨਾ ਚਾਹੀਦਾ? ਸੋ ਸਾਨੂੰ ਆਪਣੇ ਆਨਸਰਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ, ਅਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ, ਅਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਅਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।